ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਾਰੀ ਮਾਰਕੀਟ ਇਹ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ। ਅੱਜ ਆਪਾਂ ਪਹੁੰਚੇ ਲੁਧਿਆਣੇ ਅਤੇ ਆਪਾਂ ਤੁਹਾਨੂੰ ਲੁਧਿਆਣੇ ਦੇ ਫੀਲਡਗੰਜ ਮਾਰਕੀਟ ਦਿਖਾਵਾਂਗੇ ਅਤੇ ਕੱਪੜਾ ਮਾਰਕੀਟ ਇਹ ਤੁਹਾਨੂੰ ਸਾਰੀ ਦਿਖਾਵਾਂਗੇ ਅਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਅਤੇ ਵੀਡੀਓ ਆਪਾਂ ਕਰਦੇ ਹਾਂ ਜੀ ਸਟਾਰਟ। ਲਓ ਜੀ ਚੱਲਦੇ ਹਾਂ ਆਪਾਂ ਤੁਹਾਨੂੰ ਸਾਰੀ ਮਾਰਕੀਟ ਦਿਖਾਉਂਦੇ ਹਾਂ। ਮੂਹਰੇ ਬੋਰਡ ਵੀ ਲੱਗਿਆ ਜਾਮਾ ਮਸਜਿਦ ਫੀਲਡਗੰਜ ਅਤੇ ਇੱਥੋਂ ਇਹ ਸਾਰੀ ਮਾਰਕੀਟ ਜਿਹੜੀ ਸਟਾਰਟ ਹੋ ਜਾਂਦੀ ਆ ਅਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੋਂ ਕੱਪੜਾ ਬਹੁਤ ਜ਼ਿਆਦਾ ਆ। ਜਿਵੇਂ ਆਹ ਦੇਖੋ ਇੱਧਰ ਇੱਥੋਂ ਇਹ ਜਾਂਦੇ ਆ ਅੰਦਰ ਨੂੰ ਮਾਰਕੀਟ ਦੇ ਰਸਤਾ ਅਤੇ ਸਾਹਮਣੇ ਕੱਪੜੇ ਲੱਗੇ ਹੋਏ ਉੱਧਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸਾਰੀ ਮਾਰਕੀਟ ਇਹ। ਲਓ ਜੀ ਇਹ ਸਾਰੀ ਮਾਰਕੀਟ ਆ ਦੇਖੋ ਕੱਪੜੇ ਲਓ ਆ ਬਾਈ ਹੋਣੀ ਇੱਥੇ ਕੱਢਣ ਲੱਗੇ ਹੋਏ ਨੇ ਜੇ ਬਾਹਰ। ਬਾਕੀ ਇੱਧਰ ਦੇਖੋ ਸਾਰੇ ਇੱਧਰ ਆਲੇ ਦੁਆਲੇ ਕੱਪੜੇ ਕੱਪੜਾ ਜੀ ਇੱਥੇ ਅਤੇ ਇੱਧਰ ਵੀ ਦੇਖੋ ਜਿਵੇਂ ਆਹ ਬੱਚੇ ਵਾਲੇ ਆ ਗਏ ਇੱਧਰ ਸਾਹਮਣੇ ਆਹ ਦੇਖੋ ਬਾਕੀ ਆਹ ਦੇਖੋ ਸਾਰੇ ਇੱਧਰ ਅਤੇ ਬਾਕੀ ਇਹ ਦੁਕਾਨਾਂ ਥੋੜ੍ਹੀਆਂ ਖੁੱਲ੍ਹ ਰਹੀਆਂ ਨੇ। ਅਤੇ ਕਾਫ਼ੀ ਵੱਡੀ ਮਾਰਕੀਟ ਅੱਗੇ ਵੀ ਹੈਗੀ ਹੈ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀ ਅਤੇ ਲੁਧਿਆਣੇ ਜਿਵੇਂ ਆਹ ਦੇਖੋ ਇੱਧਰ ਆਹ ਦੇਖੋ ਇੱਧਰ ਸਾਰੀ ਮਾਰਕੀਟ। ਲਓ ਜੀ ਆਹ ਚੈੱਕ ਕਰੋ ਇੱਧਰ ਬਾਕੀ ਆਹ ਸੂਟ ਵਗੈਰਾ ਇੱਧਰ ਜਿਵੇਂ ਦੇਖੋ ਲਓ ਜੀ ਦੇਖੋ ਬਾਕੀ ਆਹ ਕੱਪੜੇ ਇੱਧਰ ਸਾਰੇ ਜਿਵੇਂ ਆਹ ਬਾਹਰ ਦੇਖੋ ਚੁੰਨੀਆਂ ਵਗੈਰਾ ਆਹ ਦੇਖੋ ਇੱਧਰ ਆਹ ਦੇਖੋ ਇੱਧਰ ਬਹੁਤ ਵੱਡੀ ਮਾਰਕੀਟ ਹੈ ਵੀ ਜਿਵੇਂ ਆਹ ਦੇਖੋ ਪਏ ਨੇ ਇੱਧਰ ਲਓ ਜੀ ਆਹ ਚੁੰਨੀਆਂ ਦੇਖੋ ਬਾਹਰ ਠੀਕ ਹੈ ਜੀ। ਅਤੇ ਇੱਥੋਂ ਬਾਅਦ ਦੂਜੀ ਸਾਈਡ ਚੱਲਦੇ ਹਾਂ ਇੱਥੋਂ ਇੱਧਰ ਨੂੰ ਅੰਦਰ ਨੂੰ ਚੱਲਦੇ ਹਾਂ ਅਤੇ ਅੰਦਰ ਵੀ ਮਾਰਕੀਟ ਹੈਗੀ ਆ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਪਹਿਲਾਂ ਥੋੜ੍ਹੀ ਆਪਾਂ ਗਾਹਾਂ ਦਿਖਾਈਏ ਤੁਹਾਨੂੰ ਇਹ ਇੱਧਰ ਨੂੰ ਇਹ ਰਸਤਾ ਜਾਂਦਾ ਆਪਾਂ ਨੂੰ ਇੱਧਰ ਵੀ ਦਿਖਾਵਾਂਗੇ ਮਾਰਕੀਟ ਹੈ ਥੋੜ੍ਹੀ ਇੱਧਰ ਵੀ ਹੈਗੀ ਆ ਇਹ ਅਤੇ ਕਾਫ਼ੀ ਲੰਬੀ ਹੈ ਜਿਵੇਂ ਮੰਨ ਲਓ ਉੱਥੋਂ ਉੱਧਰੋਂ ਆਪਾਂ ਆਏ ਹਾਂ ਅਤੇ ਇੱਧਰ ਨੂੰ ਇਹ ਸਾਰੀ ਮਾਰਕੀਟ ਆ ਅਤੇ ਆਪਾਂ ਤੁਹਾਨੂੰ ਇੱਧਰ ਵੀ ਦਿਖਾਵਾਂਗੇ ਹੈਗੀ ਮਾਰਕੀਟ ਹੋਰ ਇੱਧਰ ਤੁਹਾਨੂੰ ਅੱਗੇ ਕੱਪੜੇ ਦਿਖਾ ਦਿੰਦੇ ਹਾਂ ਹੋਰ ਆਹ ਦੇਖੋ ਬਾਈ ਇੱਧਰ ਚੱਕੋ 150-100 150-100 ਚੱਕੋ ਇੱਧਰ ਜੁੱਤੀਆਂ ਆ ਗਈਆਂ ਜਿਵੇਂ ਕਰੋ ਜੀ ਚੈੱਕ ਬਾਕੀ ਆਹ ਦੇਖੋ ਇੱਧਰ ਆਹ ਦੇਖੋ ਸੇਲ ਲੱਗੀ ਹੋਈ 300-200-150 ਲਓ ਜੀ ਦੇਖੋ 200-200 ਚੱਕੋ ਬਾਕੀ ਤੁਹਾਨੂੰ ਹੋਰ ਦਿਖਾਉਂਦੇ ਅੱਗੇ ਮਾਰਕੀਟ ਇਹ ਅਤੇ ਬਾਕੀ ਆਪਾਂ ਲੁਧਿਆਣੇ 'ਚ ਘੰਟਾ ਘਰ ਦੀ ਵੀਡੀਓ ਪਾਈ ਆਪਣੇ ਚੈਨਲ 'ਤੇ ਜਾ ਕੇ ਦੇਖ ਲਿਓ ਬਾਕੀ ਆਹ ਦੇਖੋ ਇੱਧਰ ਆਹ ਲਓ ਜੀ ਇੱਧਰ ਚੈੱਕ ਕਰੋ
ਬਾਕੀ ਆਹ ਦੇਖੋ ਇੱਧਰ ਸੂਟ ਲਓ ਜੀ। ਇਸ ਟਾਈਮ ਆਪਾਂ ਹੈਗੇ ਲੁਧਿਆਣੇ, ਜਿਵੇਂ ਆਹ ਦੇਖੋ ਇੱਧਰ ਕਰੋ ਚੈੱਕ, ਆ ਬਾਈ 80 ਰੁਪਈਏ ਭਾਈ, ਆ 80 ਰੁਪਈਏ ਬਾਈ ਨੇ ਸੇਲ ਲਿਖ ਕੇ ਲਾਈ ਹੋਈ ਆ। ਆਹ 100 ਰੁਪਈਏ ਜੀ ਇੱਧਰ ਤਿੱਕ ਕਰੋ, ਆਹ 80 ਰੁਪਈਏ ਠੀਕ ਆ ਜੀ। ਦੇਖੋ ਸਾਰੀ ਇਹ ਮਾਰਕੀਟ, ਜਿਵੇਂ ਆਹ ਦੇਖੋ ਇੱਧਰ ਜਾ ਕੇ ਮਾਰਕੀਟ ਆ ਜਾਂਦੀ। ਆਪਾਂ ਤੁਹਾਨੂੰ ਦੂਜੀ ਸਾਈਡ ਵੀ ਦਿਖਾਉਂਦੇ ਹਾਂ ਉੱਪਰ ਜਾ ਕੇ, ਅਤੇ ਲਓ ਜੀ ਅਤੇ ਆਪਾਂ ਤੁਹਾਨੂੰ ਦੂਜੀ ਸਾਈਡ ਵੀ ਦਿਖਾ ਦਈਏ ਮਾਰਕੀਟ, ਜਿਵੇਂ ਇੱਧਰੋਂ ਦੇਖੋ ਜਿਵੇਂ ਆ 150 150 ਸੇਲ, 150 100 ਰੁਪਈਆ ਇੱਧਰ ਠੀਕ ਆ ਜੀ। ਲਓ ਵੀ ਕਰੋ ਚੈੱਕ, ਹੁਣ ਆਪਾਂ ਚੱਲਦੇ ਹਾਂ ਇਹ ਮਾਰਕੀਟ ਦੇ ਦੂਜੀ ਸਾਈਡ ਇੱਧਰਲੀ ਸਾਈਡ, ਉੱਥੇ ਵੀ ਤੁਹਾਨੂੰ ਦਿਖਾਉਂਦੇ ਹਾਂ ਸਾਰੀ ਮਾਰਕੀਟ। ਆਹ ਦੇਖੋ ਜਿਵੇਂ ਇੱਧਰ ਠੀਕ ਆ ਜੀ, ਅਤੇ ਜਿਵੇਂ ਆਹ 200 ਹੋ ਗਈ ਠੀਕ ਆ ਜੀ, ਆਹ ਵੀ 200 ਹੋ ਗਈ, ਆਹ 150 ਆਹ 300 200 300 ਇੱਦਾਂ ਠੀਕ ਆ ਜੀ। ਅਤੇ ਆਪਾਂ ਇਸ ਟਾਈਮ ਲੁਧਿਆਣੇ, ਇੱਧਰ ਵੀ ਦੁਕਾਨਾਂ ਦੇਖ ਸਕਦੇ ਹੋ ਤੁਸੀਂ, ਅਤੇ ਸਾਹਮਣੇ ਵੱਡਾ ਰੋਡ ਆ ਗਿਆ, ਇੱਥੇ ਵੀ ਕਾਫੀ ਸਾਰੀਆਂ ਦੁਕਾਨਾਂ ਨੇ, ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਅਤੇ ਆਹ ਵੱਡਾ ਰੋਡ ਚੱਲਦਾ, ਇਹ ਘੰਟਾ ਘਰ ਦੇ ਨੇੜੇ ਆ ਬਾਈ ਅਮਰ ਤੋਂ, ਹਾਂ ਇਹ ਘੰਟਾ ਘਰ ਦੇ ਨੇੜੇ ਆ ਮਾਰਕੀਟ, ਹਾਂ ਜੇ ਐਮ ਡੀ ਮਾਲ ਇੱਧਰ ਸਾਹਮਣੇ ਇੱਧਰਲੀ ਸਾਈਡ, ਅਤੇ ਆਹ ਮਸਜਿਦ ਆ ਗਈ ਨਾਲ, ਹਾਂ ਹਾਂ ਚੱਲ ਚੱਲੀਏ, ਕਾਹੀ ਸਾਈਡ ਚੱਲੀਏ, ਕਾਹੀ ਸਾਈਡ ਚੱਲਦੇ ਹਾਂ। ਅਤੇ ਇੱਥੇ ਮਸਜਿਦ ਦੇ ਨਾਲ ਨਾਲ ਵੀ ਦੁਕਾਨਾਂ ਨੇ, ਤੁਸੀਂ ਦੇਖ ਸਕਦੇ ਹੋ ਬੋਰਡ ਆ ਗਈ। ਅਤੇ ਇਹ ਤੁਹਾਨੂੰ ਜੇ ਐਮ ਡੀ ਮਾਲ, ਤੁਸੀਂ ਆ ਜਾਓ ਜੇ ਐਮ ਡੀ ਮਾਲ ਦੇ ਨਾਲ ਹੀ ਤੁਸੀਂ ਪਤਾ ਕਰ ਲਿਓ ਵੀ ਤੁਸੀਂ ਆਹ ਮਾਰਕੀਟ ਜਾਣਾ, ਉੱਥੋਂ ਪਤਾ ਕਰਕੇ ਤੁਸੀਂ ਜੇ ਐਮ ਡੀ ਮਾਲ ਤੋਂ ਆ ਸਕਦੇ ਹੋ। ਇੱਧਰ ਆਲੇ ਵਾਲੇ ਵੀ ਦੁਕਾਨਾਂ ਨੇ ਕਾਫੀ, ਜਿਵੇਂ ਇੱਧਰ ਨੇ, ਅਤੇ ਬਾਕੀ ਹੁਣ ਤੁਹਾਨੂੰ ਆਪਾਂ ਸਾਰੀ ਇਹ ਮਾਰਕੀਟ ਦਿਖਾਵਾਂਗੇ, ਇਹਦੇ ਵੀ ਨਾਲ ਹੀ ਆ ਮਾਰਕੀਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ। ਆਪਾਂ ਤੁਹਾਨੂੰ ਦੂਜੀ ਸਾਈਡ ਦਿਖਾਵਾਂਗੇ, ਜਿਵੇਂ ਮੰਨ ਲਓ ਉੱਧਰੋਂ ਆਪਾਂ ਆਏ ਹਾਂ ਨਾ, ਤਾਂ ਇਹ ਰਸਤੇ ਤੋਂ ਇੱਥੇ ਇੱਦਾਂ ਹੀ ਤੁਸੀਂ ਜਾਓਗੇ ਇੱਧਰ, ਤਾਂ ਇਹ ਮਾਰਕੀਟ ਇੱਥੋਂ ਸਟਾਰਟ ਹੋ ਜੂਗੀ ਸਾਰੀ, ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਜਿਵੇਂ ਮੈਂ ਦੱਸਿਆ ਕਿ ਜੇ ਐਮ ਡੀ ਮਾਲ ਆ ਜਿਹੜਾ, ਉਹਦੇ ਬੈਕ ਸਾਈਡ ਹੀ ਇਹ ਮਾਰਕੀਟ ਆ ਸਾਰੀ, ਜਿਵੇਂ ਇੱਥੇ ਕੱਪੜਾ ਵਗੈਰਾ, ਜਿਵੇਂ ਚੁੰਨੀਆਂ ਸੂਟ ਇੱਕ ਤਰ੍ਹਾਂ ਕੱਪੜਾ ਤੁਹਾਨੂੰ ਇੱਥੇ ਮਿਲ ਜੂਗਾ। ਜਿਵੇਂ ਆਹ ਬਾਈ ਕੋਲੇ ਆਹ ਦੇਖੋ ਸੂਟ, ਆਹ ਇੱਧਰ ਸੂਟ ਹੋ ਗਏ ਜਿਵੇਂ ਠੀਕ ਆ, ਸੇਲ ਸੂਟ ਬਾਈ ਕਹਿੰਦਾ 350 ਜਿਵੇਂ ਲਿਖਿਆ ਇੱਥੇ ਠੀਕ ਆ ਜੀ। ਬਾਕੀ ਆ ਵਿਆਹ ਵਾਲੇ ਲਹਿੰਗੇ ਵਗੈਰਾ, ਸ਼ੇਰਵਾਨੀ ਦੇਖੋ ਕਰੋ ਚੈੱਕ ਠੀਕ ਆ ਜੀ। ਬਾਕੀ ਆਹ ਦੇਖੋ, ਅਤੇ ਜਿਵੇਂ ਪਹਿਲੇ ਮੈਂ ਦੱਸ ਤੁਹਾਨੂੰ ਡਰੈਸ ਕੇ, ਜੇ ਐਮ ਡੀ ਮਾਲ ਤੁਸੀਂ ਆ ਜਾਓ ਲੁਧਿਆਣੇ, ਜੇ ਐਮ ਡੀ ਮਾਲ ਦੇ ਬੈਕ ਸਾਈਡ ਹੀ ਇਹ ਮਾਰਕੀਟ ਆ, ਤੁਸੀਂ ਪਤਾ ਕਰ ਲਿਓ। ਅਤੇ ਘੰਟਾ ਘਰ ਵੀ ਤੁਸੀਂ ਆ ਕੇ ਪਤਾ ਕਰ ਸਕਦੇ ਹੋ, ਘੰਟਾ ਘਰ ਵੀ ਤਾਂ ਥੋੜ੍ਹੀ ਦੂਰ ਹੀ ਆ। ਅਤੇ ਜਿਵੇਂ ਆਹ ਦੇਖੋ ਇੱਧਰ, ਇਹ ਵੀ ਨਾਲ ਹੀ ਮਾਰਕੀਟ ਸਾਰੀ ਇੱਧਰ,
ਇੱਧਰ ਦੇਖੋ ਅਤੇ ਆਹ ਚਾਦਰਾਂ ਹੋ ਗਈਆਂ ਜਿਵੇਂ ਆਹ ਪਰਦੇ ਠੀਕ ਆ ਜੀ ਆਹ ਦੇਖੋ ਜਿਵੇਂ ਇੱਧਰ ਆਹ ਦੇਖੋ ਸਾਰੀ ਇਹ ਕੱਪੜੇ ਦੀ ਮਾਰਕੀਟ ਆ ਆਹ ਦੇਖੋ ਬਾਕੀ ਕਮੈਂਟ ਕਰਕੇ ਦੱਸਿਓ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹਾਂ ਆਪਣੀ ਅਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਗਰਮੀ ਬਹੁਤ ਆ ਕਿਉਂਕਿ ਆਪਣੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਹਰ ਇੱਕ ਸ਼ਹਿਰ ਦੇ ਵਿੱਚ ਕੱਪੜਾ ਦਿਖਾਉਣ ਦੀ ਮਾਰਕੀਟ ਦਿਖਾਉਣ ਦੀ ਆਪਣੀ ਇਹੀ ਕੋਸ਼ਿਸ਼ ਹੁੰਦੀ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਬਾਕੀ ਵੀਡੀਓ ਸ਼ੇਅਰ ਕਰ ਦਿਆ ਕਰੋ ਜੇ ਵਧੀਆ ਲੱਗਦੀ ਹੁੰਦੀ ਆ ਠੀਕ ਹੈ ਜੀ ਜਿਵੇਂ ਆਹ ਦੇਖੋ ਆ ਭੂਰੇ ਵਗੈਰਾ ਹੋ ਗਏ ਇੱਧਰ ਸਾੜੀ ਲਹਿੰਗਾ ਹੋਲਸੇਲ ਬਾਈ ਲਿਖਿਆ ਵੀ ਸਾੜੀ ਹੋਲਸੇਲ ਲਹਿੰਗੇ ਹੋਲਸੇਲ ਠੀਕ ਹੈ ਜੀ ਜਿਵੇਂ ਆਹ ਦੇਖੋ ਇੱਧਰ ਲਓ ਜੀ ਕਰੋ ਚੈੱਕ ਆਹ ਦੇਖੋ ਇੱਧਰ ਕੱਪੜਾ ਬਹੁਤ ਹੈ ਇੱਥੇ ਅਤੇ ਲੇਡੀਜ਼ ਦਾ ਕੱਪੜਾ ਤਾਂ ਹਰ ਇੱਕ ਤਰ੍ਹਾਂ ਦਾ ਹੀ ਇੱਥੇ ਮੰਨ ਲਓ ਤੁਹਾਨੂੰ ਕੋਈ ਵੀ ਚੀਜ਼ ਲੈਣੀ ਹੈ ਲੇਡੀਜ਼ ਦੀ ਆ ਕੇ ਕੱਪੜੇ ਹਰ ਇੱਕ ਤੁਹਾਨੂੰ ਮਿਲ ਜੂਗੇ ਇੱਥੇ ਮੈਂ ਆਹ ਦੇਖੋ ਇੱਧਰ ਬਾਕੀ ਅੱਗੇ ਤੱਕ ਕਾਫੀ ਮਾਰਕੀਟ ਤੁਹਾਨੂੰ ਦਿਖਾ ਰਿਹਾ ਮੈਂ ਜਿਵੇਂ ਚੁੰਨੀਆਂ ਸੂਟ ਪ੍ਰੋਪਰ ਸੂਟ ਪਿਆ ਹੈ ਦੇਖੋ ਠੀਕ ਹੈ ਜੀ ਲਓ ਵੀ ਚੱਕੋ ਕਰੋ ਚੈੱਕ ਜਿਵੇਂ ਆਹ ਦੇਖੋ ਇੱਧਰ ਆਹ ਦੇਖੋ ਲਓ ਜੀ ਸਾਰੀ ਆਪਾਂ ਤੁਹਾਨੂੰ ਮਾਰਕੀਟ ਦਿਖਾ ਤੀ ਲਓ ਜੀ ਦੇਖੋ ਅਤੇ ਇਹ ਦੋਨਾਂ ਸਾਈਡਾਂ ਮਾਰਕੀਟ ਜਿਵੇਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਆਹ ਕਰੋ ਜੀ ਚੈੱਕ ਲਓ ਜੀ ਅਤੇ ਇੱਥੇ ਤੱਕ ਕੱਪੜੇ ਦੀ ਮਾਰਕੀਟ ਅੱਗੇ ਫਿਰ ਦੁਕਾਨਾਂ ਆ ਜਾਂਦੀਆਂ ਨੇ ਪਰਚੂਨ ਵਗੈਰਾ ਦੀ ਦੁਕਾਨਾਂ ਆ ਜਾਂਦੀਆਂ ਨੇ ਨਾਲ ਹੁਣ ਆਪਾਂ ਇੱਧਰੋਂ ਦੂਜੀ ਸਾਈਡ ਆ ਗਏ ਮਾਰਕੀਟ 'ਤੇ ਇੱਥੇ ਤੁਹਾਨੂੰ ਮਾਰਕੀਟ ਦਿਖਾਉਂਦੇ ਹਾਂ ਇਹ ਇੱਧਰ ਵੀ ਕਾਫੀ ਵੱਡੀ ਮਾਰਕੀਟ ਆ ਇਹ ਦੂਜੀ ਸਾਈਡ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇੱਧਰ ਵੀ ਕੱਪੜਾ ਸਾਰਾ ਜਿਵੇਂ ਆਹ ਦੇਖੋ ਕਰੋ ਜੀ ਚੈੱਕ ਜਿਵੇਂ ਆਹ ਪਰਸ ਵਗੈਰਾ ਬੈਗ ਵਗੈਰਾ ਸਾਰਾ ਕੁਝ ਤੁਹਾਨੂੰ ਇੱਥੇ ਮਿਲ ਜੂਗਾ ਠੀਕ ਹੈ ਜੀ ਆਹ ਦੇਖੋ ਇੱਧਰ ਜੁੱਤੀਆਂ ਜਿਵੇਂ 200-250 ਸੇਲ ਬਾਕੀ ਟੀ ਸ਼ਰਟਾਂ ਆਹ ਦੇਖੋ ਸਾਰੀ ਮਾਰਕੀਟ ਇਹ ਆਹ ਕਰੋ ਚੈੱਕ ਜੀ ਇਹ ਵੀ ਮਾਰਕੀਟ ਨਾਲ ਹੀ ਆ ਮੰਨ ਲਓ ਦੂਜੀ ਸੜਕ ਦੀ ਦੂਜੀ ਸਾਈਡ ਠੀਕ ਹੈ ਜੀ ਇਹ ਆ ਸਾਰੀ ਲੁਧਿਆਣੇ ਦੀ ਮਾਰਕੀਟ ਜਿਹੜੀ ਆਪਾਂ ਲੁਧਿਆਣੇ ਵਿੱਚ ਦਿਖਾਈ ਆ ਸਾਰੀ ਇਹ
ਲਾਓ ਜੀ। ਤੇ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਜ਼ਰੂਰ ਜੀ। ਬਾਕੀ ਇਹਦੇ ਮਿਰਚਾਂ ਵਗੈਰਾ ਵੀ ਹੈਗੀਆਂ, ਜਿਵੇਂ ਦੇਖੋ ਸਾਰੇ ਹੱਥ ਤੁਹਾਨੂੰ ਮਿਲ ਜੂਗਾ ਲਓ ਜੀ। ਆਪਾਂ ਤੁਹਾਨੂੰ ਅੰਦਰੋਂ ਸਾਰੀ ਮਾਰਕੀਟ ਦਿਖਾ ਦਿੱਤੀ, ਹੁਣ ਰੋਡ ਦੇ ਉੱਪਰ ਵੀ ਥੋੜ੍ਹੀ ਜਿਹੀ ਮਾਰਕੀਟ ਹੈਗੀ, ਆਪਾਂ ਤੁਹਾਨੂੰ ਉਹ ਵੀ ਦਿਖਾ ਦਈਏ। ਆਹ ਤੁਹਾਨੂੰ ਦਿਖਾਉਂਦੇ ਹਾਂ, ਜਿਵੇਂ ਦੇਖੋ ਦੁਕਾਨਾਂ ਇੱਥੇ ਵੀ ਆ ਲੱਗੀਆਂ ਹੋਈਆਂ ਨੇ, ਜਿਵੇਂ ਮੇਰਾ ਸੇਲ ਬਾਈਕ ਹੈ ਨਾ 150 ਲੋਰਾਂ ਦੀ। ਅੱਗੇ ਚੱਲਦੇ ਹਾਂ, ਹੋਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਜਿਵੇਂ ਇੱਥੇ ਬਾਹਰ ਕੱਪੜਾ ਲਾਇਆ ਹੋਇਆ, ਮੰਨ ਲਓ ਜਿਵੇਂ ਮਰਜ਼ੀ, ਇਹ ਰੋਡ ਦੇ ਉੱਪਰ ਹੀ ਆ ਬਿਲਕੁਲ। ਅਤੇ ਆਹ ਅੱਗੇ ਖਾਣ ਪੀਣ ਦੀਆਂ ਦੁਕਾਨਾਂ ਆ ਗਈਆਂ, ਜਿਵੇਂ ਹੋਟਲ ਆ ਗਏ, ਹੋਟਲ ਵਗੈਰਾ ਆ ਗਏ। ਲਓ ਜੀ, ਅਤੇ ਆਹ ਜਿਵੇਂ ਚੁੰਨੀਆਂ ਆਹ ਦੇਖੋ ਜੀ, ਇਹ ਸਾਰੀ ਮਾਰਕੀਟ ਰੋਡ ਦੇ ਉੱਪਰ ਆ। ਆਪਾਂ ਤੁਹਾਨੂੰ ਦਿਖਾ ਤੀ ਸਾਰੀ ਮਾਰਕੀਟ ਇਹ। ਅਤੇ ਲਓ ਇੱਧਰ ਵੀ ਲੱਗੇ ਹੋਏ ਨੇ, ਕਰੋ ਚੈੱਕ। ਕੀ ਰੇਟ ਆ ਭਾਈ? 250 ਦਾ 5 ਮੀਟਰ ਭਾਈ। ਕਰੋ ਚੈੱਕ ਸਾਰਾ ਕੱਪੜਾ ਹੈ। ₹250 ਦਾ 5 ਮੀਟਰ ਭਾਈ ਕਹਿੰਦਾ। ਬਾਕੀ ਆਹ ਦੇਖੋ ਸਾਰਾ ਇੱਧਰ ਰੋਡ 'ਤੇ ਦੁਕਾਨਾਂ ਨੇ ਵੱਡੇ ਵੱਡੇ ਕੱਪੜੇ ਦੀਆਂ, ਠੀਕ ਆ ਜੀ। ਦੇਖੋ ਜੀ ਇਹ ਸਾਰਾ ਕੱਪੜਾ। ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਸ਼ੇਅਰ ਜ਼ਰੂਰ ਕਰਦਿਆ ਕਰੋ, ਅਤੇ ਲਾਈਕ ਕਰਦਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੋ। ਲਓ ਵੀ ਅੱਜ ਦੀ ਵੀਡੀਓ ਜ਼ਿਆਦਾ ਤੁਹਾਨੂੰ ਦਿਖਾਈ ਆ ਫੀਲਡ ਗੰਜ ਮਾਰਕੀਟ ਲੁਧਿਆਣੇ ਦੀ, ਜਿਹੜੀ ਕਿ GMD ਮਾਲ ਦੇ ਕੋਲ ਹੀ ਆ। ਅਤੇ ਮੈਂ ਉਮੀਦ ਕਰਦਾ ਵੀ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਵੀਡੀਓ ਵਧੀਆ ਲੱਗੀ ਆ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ। ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਤੁਹਾਡਾ ਸਾਰਿਆਂ ਦਾ ਇਸ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ।